ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖ ਫੁਲਵਾੜੀ ਦੇ ਦਰਸ਼ਨ ਕਰ ਰਹੇ ਹਾਂ ਵੀਰੋ। ਸਮਾਂ ਬਹੁਤ ਸੀਮਤ ਅਤੇ ਗੁਰੂ ਸਾਹਿਬ ਨੇ ਥੋੜ੍ਹੇ ਲਫ਼ਜ਼ਾਂ 'ਚ ਗੱਲ ਮੁਕਾ ਦਿੱਤੀ ਸੀ, ਅਸੀਂ ਸਮਝ ਨਹੀਂ ਸਕੇ। ਬਸ ਉਹੀ ਆਪਣੇ ਭਰਾਵਾਂ ਨੂੰ ਸਮਝਾਉਣ ਦੇ ਚੱਲੇ ਹਾਂ ਵੀ ਭਾਈ ਸ਼ਬਦ ਵੀ ਮਹਾਰਾਜ ਨੇ ਦਿੱਤਾ ਹੈ। ਸੋ ਸਿੱਖ ਸਖਾ ਬੰਧਪ ਹੈ ਭਾਈ, ਜਿਹੜਾ ਗੁਰੂ ਦੇ ਭਾਣੇ 'ਚ ਆ ਗਿਆ। ਏਕ ਪਿਤਾ ਇੱਕ ਸਕੇਹਮ ਬਾਰੇ, ਲੈ ਇੰਨੀ ਗੱਲ ਅਸੀਂ ਸਮਝ ਲਈਏ ਤਾਂ ਸਾਨੂੰ ਸਮਝ ਲੈਣਾ ਚਾਹੀਦਾ ਹੈ ਵੀ ਗੁਰੂ ਨੇ ਆਪਣੇ ਧੀਆਂ ਪੁੱਤ ਬਣਾਏ ਆ, ਅਸੀਂ ਬਣਨਾ ਜਾਂ ਨਹੀਂ ਬਣਨਾ ਇਹ ਸਾਡੇ 'ਤੇ ਆ। ਸਾਨੂੰ ਕੋਈ ਨਹੀਂ ਜੁਦਾ ਕਰ ਸਕਦਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ। ਉਹ ਸਾਡੇ ਰਹਿਬਰ ਨੇ, ਸਾਡੇ ਗੁਰੂ ਨੇ। ਇਸ ਕਰਕੇ ਜਿਹੜੀ ਦੂਝ ਸਾਡੇ ਅੰਦਰ ਪਾਈ ਗਈ ਹੈ ਉਹ ਆਪਣੇ ਭਰਾਵਾਂ 'ਚ ਹੈ, ਅਸੀਂ ਇੱਕੋ ਹੀ ਪੇ ਦੇ ਪੁੱਤ ਹਾਂ। ਇਸ ਕਰਕੇ ਆਪਾਂ ਸਾਰੇ ਇਸ ਮਾਰਚ ਨੂੰ ਚੇਤਨਾ ਲਹਿਰ ਬਣਾਈਏ ਤਾਂ ਜੋ ਇਹ ਜਿਹੜੇ ਸਾਡੇ ਅੰਦਰ ਮਨੋਵਾਦੀ ਸਰੀਰ ਇਹ ਕੋੜ ਨੂੰ ਫੈਲਾ ਰਹੇ ਨੇ ਅਸੀਂ ਖਤਮ ਕਰ ਸਕੀਏ। ਮਹਾਰਾਜ ਨੇ ਕਿਹਾ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ, ਜਬ ਕਹਿ ਵਿਪਰਨ ਕੀ ਰੀਤ ਮੈਂ ਨਾ ਤੂੰ ਕੀ ਪ੍ਰਤੀਤ। ਆਪਾਂ ਹੁਣ ਇਹ ਪਛਾਣਨਾ ਹੈ ਉਹ ਵਿਪਰਨ ਕੌਣ ਹੈ, ਕੌਣ ਸਾਡੇ ਵਿੱਚ ਦੂਜ ਪਾਉਂਦਾ ਹੈ, ਕੌਣ ਵੰਡੀਆਂ ਪਾਉਂਦਾ ਹੈ, ਕੌਣ ਸਾਨੂੰ ਜਾਤਾਂ ਦੇ ਆਧਾਰ ਤੇ ਵੰਡ ਰਿਹਾ। ਇਸ ਕਰਕੇ ਵੀਰੋ ਸਿੱਖੀ ਕਿਸੇ ਦੇ ਅਧੀਨ ਨਹੀਂ ਹੈ, ਸਿੱਖ ਧਰਮ ਕਿਸੇ ਦੀ ਨਿੱਜੀ ਜਾਇਦਾਦ ਨਹੀਂ ਹੈ ਕਿ ਕੋਈ ਸਾਨੂੰ ਡਿਸੀਜਨ ਦੇ ਦੇਵੇ ਤੇ ਅਸੀਂ ਮੰਨ ਕੇ ਚੱਲ ਜਾਣਾ ਹੈ। ਸਾਡੇ ਕੋਲ ਹੁਕਮ ਕੇਵਲ ਤੇ ਕੇਵਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਹਨੂੰ ਅਸੀਂ ਸਰਵਣ ਰੋਜ਼ ਕਰਦੇ ਹਾਂ ਹੁਕਮਨਾਮੇ ਦੇ ਰੂਪ 'ਚ। ਤੇ ਬਾਪੂ ਸਾਡਾ ਕਹਿ ਕੇ ਗਿਆ ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਤੇ ਇਹ ਜਿਹੜੀ ਅੱਜ ਲਾਡਲੀ ਫੌਜ, ਇਹ ਬਾਬੇ ਨਾਨਕ ਦੀ ਸਿੱਖ ਫੁਲਵਾੜੀ, ਇਹ ਅੱਜ ਇਕੱਠੇ ਬੈਠੀ ਹੈ, ਇਸ ਗੱਲ ਦਾ ਸਬੂਤ ਹੈ। ਮੈਂ ਸਮੇਂ ਦੀਆਂ ਸਰਕਾਰਾਂ ਨੂੰ ਵੀ ਦੱਸਣਾ ਚਾਹੁੰਦਾ ਹੈ ਕਿ ਅੱਜ ਵੀ ਦੁਨੀਆ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਮੰਨਦੀ ਹੈ। ਭੁਲੇਖਾ ਪੈ ਸਕਦਾ ਹੈ ਉਹ ਆਪਣਾ ਭੁਲੇਖਾ ਮਨ ਚੋਂ ਕੱਢ ਦੇਣ, ਗਿਣਤੀਆਂ ਭਾਵੇਂ ਸਾਡੀਆਂ ਥੋੜੀਆਂ ਨੇ ਤੇ ਬਾਪੂ ਨੇ ਸਾਨੂੰ ਤਦੇ 1.25 ਲੱਖ ਨਾਲ ਗਿਣਿਆ। ਇਸ ਕਰਕੇ ਵੀਰੋ ਆਓ ਇਸ ਲਹਿਰ ਦਾ ਹਿੱਸਾ ਬਣੀਏ, ਆਪਣੀ ਜਾਤ ਖਤਮ ਕਰਕੇ ਇੱਕੋ ਹੀ ਮੈਸੇਜ ਲੈ ਕੇ ਸੁਨੇਹਾ ਲੈ ਕੇ ਸਮਾਜ ਵਿੱਚ ਵਿਚਰੀਏ। ਸਾਡੇ ਜਿੰਨੇ ਵੀ ਰਹਿਬਰ ਹੋਏ ਨੇ ਉਹ ਸਾਨੂੰ ਏਕੇ ਦਾ ਉਪਦੇਸ਼ ਦੇ ਕੇ ਗਏ ਨੇ, ਸਾਨੂੰ ਇੱਕ ਨਾਲ ਜੋੜ ਕੇ ਗਏ ਨੇ। ਇਸ ਕਰਕੇ ਵੀਰੋ ਸਮਾਂ ਸੀਮਤ ਹੈ ਤੇ ਦਾਸ ਦੀ ਇੰਨੀ ਹਾਜ਼ਰੀ ਪ੍ਰਵਾਨ ਕਰਿਓ। ਸੰਗਤ ਦੇ ਹਾਜ਼ਰੀ ਵਿੱਚ ਕਈ ਭੁੱਲਾਂ ਹੋ ਜਾਂਦੀਆਂ ਨੇ, ਗੁਰੂ ਸਾਹਿਬ ਦੀ ਹਾਜ਼ਰੀ ਵਿੱਚ ਮਾਫ਼ੀ ਮੰਗਦੇ ਹਾਂ ਤੇ ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਦੀ ਸਾਂਝ ਪਾਇਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।